ਸ਼੍ਰੀਕਾਲ ਤੁਸੀਂ ਦੇਖ ਰਹੇ ਹੋ ਜੀਬੀਸੀ ਅਪਡੇਟ ਮੈਂ ਹਾਂ ਤੁਹਾਡੇ ਨਾਲ ਰਿੱਧੀ ਇਸ ਵਕਤ ਦੀ ਸਭ ਤੋਂ ਮਨਭਾਗੀ ਖਬਰ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਤੋਂ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸਦੀ ਹੈ ਕਿ ਗੁਰਦਾਸਪੁਰ ਦੇ ਕਸਬਾ ਕਲਾਨੌਰ ਵਿੱਚ ਦੋ ਬੱਚੀਆਂ ਦੀ ਭੇਤ ਭਰੇ ਹਾਲਾਤ ਵਿੱਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਜਿਹਦੇ ਨਾਲ ਪੂਰਾ ਇਲਾਕਾ ਦਹਿਸ਼ਤ ਦੇ ਮਾਹੌਲ ਵਿੱਚ ਹੈ ਮਿਲੀ ਜਾਣਕਾਰੀ ਮੁਤਾਬਿਕ ਅੱਜ ਕਲਾਨੌਰ ਦੇ ਸ਼ਿਵ ਮੰਦਿਰ ਨੇੜੇ ਇੱਕ ਘਰ ਵਿੱਚ ਦੋ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ ਬੱਚਿਆਂ ਦੀ ਉਮਰ ਤਕਰੀਬਨ 3 ਸਾਲ ਦਾ ਲੜਕਾ ਹਰਪ੍ਰੀਤ ਸਿੰਘ ਦੱਸਿਆ ਜਾ ਰਿਹਾ ਹੈ ਅਤੇ ਲੱਗਦੇ ਕਿ ਆਖਿਰ ਮਾਮਲਾ ਕੀ ਹੈ ਪਰ ਹਜੇ ਤੱਕ ਮਾਮਲੇ ਦੀ ਜੋ ਜਾਣਕਾਰੀ ਮਿਲੀ ਹੈ ਉਹ ਇੰਨਾ ਹੀ ਹੈ ਕਿ ਬੱਚਿਆਂ ਦੀ ਲਾਸ਼ਾਂ ਮਿਲੀਆਂ ਨੇ ਤੇ ਮਾਂ ਪਿਓ ਘਰੋਂ ਫਰਾਰ ਨੇ ਪਰ ਹਜੇ ਤੱਕ ਇਸ ਬਾਰੇ ਇਹ ਜਾਣਕਾਰੀ ਨਹੀਂ ਮਿਲ ਪਾਈ ਕਿ ਇੱਦਾਂ ਦੀ ਮੰਦਭਾਗੀ ਘਟਨਾ ਕਿਉਂ ਵਾਪਰੀ ਹੈ ਪਰ ਹਜੇ ਤੱਕ ਇੰਨੀ ਜਾਣਕਾਰੀ ਮਿਲੀ ਹੈ ਜਦ ਤੱਕ ਪੁਲਿਸ ਮਾਮਲੇ ਦੀ ਤਲਾਸ਼ 'ਚ ਜੁਟੀ ਹੈ ਉਸ ਤੋਂ ਬਾਅਦ ਹੀ ਸਭ ਕਲੀਅਰ ਹੋ ਸਕਦਾ ਹੈ ਕਿ ਆਖਿਰ ਵਜ੍ਹਾ ਕੀ ਰਹੀ ਹੋਏ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਜੀਬੀਸੀ ਅਪਡੇਟ, ਮੈਂ ਹਾਂ ਤੁਹਾਡੇ ਨਾਲ ਰਿੱਧੀ। ਇਸ ਵਕਤ ਦੀ ਸਭ ਤੋਂ ਮਨਭਾਗੀ ਖਬਰ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਤੋਂ ਸਾਹਮਣੇ ਆ ਰਹੀ ਹੈ। ਤੁਹਾਨੂੰ ਦੱਸਦੀ ਹੈ ਕਿ ਗੁਰਦਾਸਪੁਰ ਦੇ ਕਸਬਾ ਕਲਾਨੌਰ ਵਿੱਚ ਦੋ ਬੱਚੀਆਂ ਦੀ ਭੇਤ ਭਰੇ ਹਾਲਾਤ ਵਿੱਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਜਿਹਦੇ ਨਾਲ ਪੂਰਾ ਇਲਾਕਾ ਦਹਿਸ਼ਤ ਦੇ ਮਾਹੌਲ ਵਿੱਚ ਹੈ। ਮਿਲੀ ਜਾਣਕਾਰੀ ਮੁਤਾਬਿਕ ਅੱਜ ਕਲਾਨੌਰ ਦੇ ਸ਼ਿਵ ਮੰਦਿਰ ਨੇੜੇ ਇੱਕ ਘਰ ਵਿੱਚ ਦੋ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ। ਬੱਚਿਆਂ ਦੀ ਉਮਰ ਤਕਰੀਬਨ 3 ਸਾਲ ਦਾ ਲੜਕਾ ਹਰਪ੍ਰੀਤ ਸਿੰਘ ਦੱਸਿਆ ਜਾ ਰਿਹਾ ਹੈ ਅਤੇ ਲੱਗਦੇ ਕਿ ਆਖਿਰ ਮਾਮਲਾ ਕੀ ਹੈ ਪਰ ਹਜੇ ਤੱਕ ਮਾਮਲੇ ਦੀ ਜੋ ਜਾਣਕਾਰੀ ਮਿਲੀ ਹੈ ਉਹ ਇੰਨਾ ਹੀ ਹੈ ਕਿ ਬੱਚਿਆਂ ਦੀ ਲਾਸ਼ਾਂ ਮਿਲੀਆਂ ਨੇ ਤੇ ਮਾਂ ਪਿਓ ਘਰੋਂ ਫਰਾਰ ਨੇ ਪਰ ਹਜੇ ਤੱਕ ਇਸ ਬਾਰੇ ਇਹ ਜਾਣਕਾਰੀ ਨਹੀਂ ਮਿਲ ਪਾਈ ਕਿ ਇੱਦਾਂ ਦੀ ਮੰਦਭਾਗੀ ਘਟਨਾ ਕਿਉਂ ਵਾਪਰੀ ਹੈ ਪਰ ਹਜੇ ਤੱਕ ਇੰਨੀ ਜਾਣਕਾਰੀ ਮਿਲੀ ਹੈ ਜਦ ਤੱਕ ਪੁਲਿਸ ਮਾਮਲੇ ਦੀ ਤਲਾਸ਼ 'ਚ ਜੁਟੀ ਹੈ ਉਸ ਤੋਂ ਬਾਅਦ ਹੀ ਸਭ ਕਲੀਅਰ ਹੋ ਸਕਦਾ ਹੈ ਕਿ ਆਖਿਰ ਵਜ੍ਹਾ ਕੀ ਰਹੀ ਹੋਏ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਜੀਬੀਸੀ ਅਪਡੇਟ, ਮੈਂ ਹਾਂ ਤੁਹਾਡੇ ਨਾਲ ਰਿੱਧੀ। ਇਸ ਵਕਤ ਦੀ ਸਭ ਤੋਂ ਮਨਭਾਗੀ ਖਬਰ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਤੋਂ ਸਾਹਮਣੇ ਆ ਰਹੀ ਹੈ। ਤੁਹਾਨੂੰ ਦੱਸਦੀ ਹੈ ਕਿ ਗੁਰਦਾਸਪੁਰ ਦੇ ਕਸਬਾ ਕਲਾਨੌਰ ਵਿੱਚ ਦੋ ਬੱਚਿਆਂ ਦੀ ਭੇਤ ਭਰੇ ਹਾਲਾਤ ਵਿੱਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਜਿਹਦੇ ਨਾਲ ਪੂਰਾ ਇਲਾਕਾ ਦਹਿਸ਼ਤ ਦੇ ਮਾਹੌਲ ਵਿੱਚ ਹੈ। ਮਿਲੀ ਜਾਣਕਾਰੀ ਮੁਤਾਬਿਕ ਅੱਜ ਕਲਾਨੌਰ ਦੇ ਸ਼ਿਵ ਮੰਦਿਰ ਨੇੜੇ ਇੱਕ ਘਰ ਵਿੱਚ ਦੋ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ। ਬੱਚਿਆਂ ਦੀ ਉਮਰ ਤਕਰੀਬਨ 3 ਸਾਲ ਦਾ ਲੜਕਾ ਹਰਪ੍ਰੀਤ ਸਿੰਘ ਦੱਸਿਆ ਜਾ ਰਿਹਾ ਹੈ ਅਤੇ ਲੱਗਦੇ ਕਿ ਆਖਿਰ ਮਾਮਲਾ ਕੀ ਹੈ ਪਰ ਹਜੇ ਤੱਕ ਮਾਮਲੇ ਦੀ ਜੋ ਜਾਣਕਾਰੀ ਮਿਲੀ ਹੈ ਉਹ ਇੰਨਾ ਹੀ ਹੈ ਕਿ ਬੱਚਿਆਂ ਦੀ ਲਾਸ਼ਾਂ ਮਿਲੀਆਂ ਨੇ ਤੇ ਮਾਂ ਪਿਓ ਘਰੋਂ ਫਰਾਰ ਨੇ ਪਰ ਹਜੇ ਤੱਕ ਇਸ ਬਾਰੇ ਇਹ ਜਾਣਕਾਰੀ ਨਹੀਂ ਮਿਲ ਪਾਈ ਕਿ ਇੱਦਾਂ ਦੀ ਮੰਦਭਾਗੀ ਘਟਨਾ ਕਿਉਂ ਵਾਪਰੀ ਹੈ ਪਰ ਹਜੇ ਤੱਕ ਇੰਨੀ ਜਾਣਕਾਰੀ ਮਿਲੀ ਹੈ ਜਦ ਤੱਕ ਪੁਲਿਸ ਮਾਮਲੇ ਦੀ ਤਲਾਸ਼ 'ਚ ਜੁਟੀ ਹੈ ਉਸ ਤੋਂ ਬਾਅਦ ਹੀ ਸਭ ਕਲੀਅਰ ਹੋ ਸਕਦਾ ਹੈ ਕਿ ਆਖਿਰ ਵਜ੍ਹਾ ਕੀ ਰਹੀ ਹੋਏ। An excellent coaching point in IELTS and spoken English. Also expert in study and visitor visa. Government approved. SS Group. Session Chowk, Hoshiarpur.